ਆ ਚੋਣ ਜਾਬਤਾ ਲੱਗਾ ਅੱਜ ਦਾ ਦਿਨ। ਮਿੰਦਰਜੀਤ, ਕੁਲਬੀਰ ਜੀਰੇ ਦੀ ਸ਼ਹਿ ਦੇਣ ਦਾ ਮੁੰਡਾ ਮਹਿਕਦੀਪ ਹਥਿਆਰ ਲੈ ਕੇ ਆਏ ਨੇ। ਵੀਡੀਓ 'ਚ ਦੇਖਦੇ ਪੈਣੇ 315 ਬੋਰ ਦੀਆਂ ਅਤੇ 12 ਬੋਰ ਦੀਆਂ ਨੇ ਕੋਲ ਰਫਲਾਂ ਨਹੀਂ ਜਾਇਆ ਜੇ। ਪਿਸਤੌਲ ਅਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ, ਮਿੰਦਰਜੀਤ ਦੇ ਮੁੰਡੇ ਕੋਲ। ਠੀਕ ਹੈ, ਆ ਇੱਧਰ ਟਰੈਕਟਰ ਚਲਾਉਂਦੇ ਪਏ, ਸਾਡੀ ਪੈਲੀ ਇੰਨਾ ਚਿਰ ਅਸੀਂ ਬਾਈ ਅਤੇ ਧੱਕੇ ਨਾਲ ਵਾਹੁਣ ਆ ਗਏ। ਅਸੀਂ ਆ ਚੀਜ਼ਣ ਬੀਜਿਆ ਸੀਗਾ, ਇਹ ਸਾਡੇ ਚੀਜ਼ਣ ਵਾਹੁਣ ਆ ਗਏ ਆ। ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ, ਜਿਨ੍ਹਾਂ ਵੱਲੋਂ ਹੁਣ ਖਡੂਰ ਸਾਹਿਬ ਹਲਕਾ ਤੋਂ MP ਦਾ ਇਲੈਕਸ਼ਨ ਵੀ ਲੜਿਆ ਗਿਆ, ਅਤੇ ਚਾਚਾ ਮਹਿੰਦਰਜੀਤ ਸਿੰਘ ਪੁੱਤਰ ਮਹਿਕਮਪ੍ਰੀਤ ਸਿੰਘ, ਨਗਰ ਕੌਂਸਲ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਦੇ ਹੋਰ ਸਾਥੀਆਂ ਵੱਲੋਂ ਚੋਣ ਜਾਬਤਾ ਲੱਗੇ ਹੋਣ ਦੇ ਕਾਰਨ ਵੀ ਨਜਾਇਜ਼ ਹਥਿਆਰ ਲੈ ਕੇ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੀ ਵੀਡੀਓ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਨਜਾਇਜ਼ ਅਸਲਾ ਲੈ ਕੇ ਫਿਰਦੇ ਆ ਚੋਣ ਜ਼ਾਬਤੇ ਦੇ ਵਿੱਚ, ਅਸਲਾ ਲੈ ਕੇ ਨਜਾਇਜ਼ ਕਬਜ਼ਾ ਕਰਨ ਆਏ ਆ ਬੰਦੇ। ਮਹਿੰਦਰਜੀਤ ਸਿੰਘ ਜੀਰਾ, ਮਹਿਕਦੀਪ ਸਿੰਘ, ਰਸ਼ਪਾਲ, ਡਾਕਟਰ, ਸਾਰੇ ਬੰਦੇ ਅਸਲਾ ਲੈ ਕੇ ਆਏ ਆ ਨਜਾਇਜ਼। ਆ ਚੋਣ ਜਾਬਤਾ ਲੱਗਾ ਅੱਜ ਦਾ ਦਿਨ। ਮਿੰਦਰਜੀਤ, ਕੁਲਬੀਰ ਜੀਰੇ ਦੀ ਸ਼ਹਿ ਦੇਣ ਦਾ ਮੁੰਡਾ ਮਹਿਕਦੀਪ ਹਥਿਆਰ ਲੈ ਕੇ ਆਏ ਨੇ। ਵੀਡੀਓ 'ਚ ਦੇਖਦੇ ਪੈਣੇ 315 ਬੋਰ ਦੀਆਂ ਅਤੇ 12 ਬੋਰ ਦੀਆਂ ਨੇ ਕੋਲ ਰਫਲਾਂ ਨਹੀਂ ਜਾਇਆ ਜੇ। ਪਿਸਤੌਲ ਅਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ, ਮਿੰਦਰਜੀਤ ਦੇ ਮੁੰਡੇ ਕੋਲ। ਠੀਕ ਹੈ, ਆ ਇੱਧਰ ਟਰੈਕਟਰ ਚਲਾਉਂਦੇ ਪਏ, ਸਾਡੀ ਪੈਲੀ ਇੰਨਾ ਚਿਰ ਅਸੀਂ ਬਾਈ ਅਤੇ ਧੱਕੇ ਨਾਲ ਵਾਹੁਣ ਆ ਗਏ। ਅਸੀਂ ਆ ਚੀਜ਼ਣ ਬੀਜਿਆ ਸੀਗਾ, ਇਹ ਸਾਡੇ ਚੀਜ਼ਣ ਵਾਹੁਣ ਆ ਗਏ ਆ। ਇਹ ਵੇਖੋ ਜੀ, ਸਾਡੀ ਤਾਂ ਸੁਣਵਾਈ ਨਹੀਂ ਹੁੰਦੀ, ਸ਼ਰੇਆਮ ਧੱਕਾ ਕਰਦੇ ਆ। ਇਹ ਤਾਂ ਹਾਈ ਕੋਰਟ ਦੇ ਜੱਜ ਸਾਹਿਬ ਦੀ ਉਲੰਘਣਾ ਕਰਦੇ ਪਏ ਨੇ, ਇਹ ਕੋਈ ਗੱਲਾਂ ਨੇ? ਆ ਚੋਣ ਜਾਬਤਾ ਲੱਗਾ ਅੱਜ ਦਾ ਦਿਨ। ਮਿੰਦਰਜੀਤ, ਕੁਲਬੀਰ ਜੀਰੇ ਦੀ ਸ਼ਹਿ ਦੇਣ ਦਾ ਮੁੰਡਾ ਮਹਿਕਦੀਪ ਹਥਿਆਰ ਲੈ ਕੇ ਆਏ ਨੇ। ਵੀਡੀਓ 'ਚ ਦੇਖਦੇ ਪਏ ਨੇ 315 ਬੋਰ ਦੀਆਂ ਅਤੇ 12 ਬੋਰ ਦੀਆਂ ਨੇ ਕੋਲ ਰਫਲਾਂ ਨਹੀਂ ਜਾਇਆ ਜੇ। ਪਿਸਤੌਲ ਅਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ, ਮਿੰਦਰਜੀਤ ਦੇ ਮੁੰਡੇ ਕੋਲ। ਠੀਕ ਹੈ, ਆ ਇੱਧਰ ਟਰੈਕਟਰ ਚਲਾਉਂਦੇ ਪਏ, ਸਾਡੀ ਪੈਲੀ ਇੰਨਾ ਚਿਰ ਅਸੀਂ ਬਾਈ ਅਤੇ ਧੱਕੇ ਨਾਲ ਵਾਹੁਣ ਆ ਗਏ। ਅਸੀਂ ਆ ਚੀਜ਼ਣ ਬੀਜਿਆ ਸੀਗਾ, ਇਹ ਸਾਡੇ ਚੀਜ਼ਣ ਵਾਹੁਣ ਆ ਗਏ ਆ। ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ, ਜਿਨ੍ਹਾਂ ਵੱਲੋਂ ਹੁਣ ਖਡੂਰ ਸਾਹਿਬ ਹਲਕਾ ਤੋਂ MP ਦਾ ਇਲੈਕਸ਼ਨ ਵੀ ਲੜਿਆ ਗਿਆ, ਅਤੇ ਚਾਚਾ ਮਹਿੰਦਰਜੀਤ ਸਿੰਘ ਪੁੱਤਰ ਮਹਿਕਮਪ੍ਰੀਤ ਸਿੰਘ, ਨਗਰ ਕੌਂਸਲ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਦੇ ਹੋਰ ਸਾਥੀਆਂ ਵੱਲੋਂ ਚੋਣ ਜਾਬਤਾ ਲੱਗੇ ਹੋਣ ਦੇ ਕਾਰਨ ਵੀ ਨਜਾਇਜ਼ ਹਥਿਆਰ ਲੈ ਕੇ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੀ ਵੀਡੀਓ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਨਜਾਇਜ਼ ਅਸਲਾ ਲੈ ਕੇ ਫਿਰਦੇ ਆ ਚੋਣ ਜਾਬਤੇ ਦੇ ਵਿੱਚ, ਅਸਲਾ ਲੈ ਕੇ ਨਜਾਇਜ਼ ਕਬਜ਼ਾ ਕਰਨ ਆਏ ਆ ਬੰਦੇ। ਮਹਿੰਦਰਜੀਤ ਸਿੰਘ ਜੀਰਾ, ਮਹਿਕਦੀਪ ਸਿੰਘ, ਰਸ਼ਪਾਲ, ਡਾਕਟਰ, ਸਾਰੇ ਬੰਦੇ ਅਸਲਾ ਲੈ ਕੇ ਆਏ ਆ ਨਜਾਇਜ਼। ਆ ਚੋਣ ਜਾਬਤਾ ਲੱਗਾ ਅੱਜ ਦਾ ਦਿਨ। ਮਿੰਦਰਜੀਤ, ਕੁਲਬੀਰ ਜੀਰੇ ਦੀ ਸ਼ਹਿ ਦੇਣ ਦਾ ਮੁੰਡਾ ਮਹਿਕਦੀਪ ਹਥਿਆਰ ਲੈ ਕੇ ਆਏ ਨੇ। ਵੀਡੀਓ 'ਚ ਦੇਖਦੇ ਪਏ ਨੇ 315 ਬੋਰ ਦੀਆਂ ਅਤੇ 12 ਬੋਰ ਦੀਆਂ ਨੇ ਕੋਲ ਰਫਲਾਂ ਨਹੀਂ ਜਾਇਆ ਜੇ।
ਪਿਸਤੌਲ ਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ, ਮਹਿੰਦਰਜੀਤ ਦੇ ਮੁੰਡੇ ਕੋਲੇ, ਠੀਕ ਹੈ। ਆ ਇਧਰ ਟਰੈਕਟਰ ਚਲਾਉਂਦੇ ਪਏ, ਸਾਡੀ ਪੈਲੀ ਇੰਨਾ ਚਿਰ ਅਸੀਂ ਬਾਈ ਤੇ ਧੱਕੇ ਨਾਲ ਵਾਹੁਣ ਆ ਗਏ। ਅਸੀਂ ਆ ਝਿੱਜਣ ਬੀਜਿਆ ਸੀਗਾ, ਇਹ ਸਾਡੇ ਝਿੱਜਣ ਵਾਹੁਣ ਆ ਗਏ ਆ। ਇਹ ਵੇਖੋ ਜੀ, ਸਾਡੀ ਤਾਂ ਸੁਣਵਾਈ ਨਹੀਂ ਹੁੰਦੀ, ਸ਼ਰੇਆਮ ਧੱਕਾ ਕਰਦੇ ਆ। ਇਹ ਤਾਂ ਹਾਈ ਕੋਰਟ ਦੇ ਜੱਜ ਸਾਹਿਬ ਦੀ ਉਲੰਘਣਾ ਕਰਦੇ ਪਏ ਨੇ, ਇਹ ਕੋਈ ਗੱਲਾਂ ਨੇ? ਆ ਚੋਣ ਜਾਬਤਾ ਲੱਗਾ ਅੱਜ ਦਾ ਦਿਨ, ਮਹਿੰਦਰਜੀਤ ਕੁਲਬੀਰ ਜੀਰੇ ਦੀ ਸ਼ਹਿ ਦੇਣ ਦਾ ਮੁੰਡਾ ਮਹਿਕਦੀਪ ਹਥਿਆਰ ਲੈ ਕੇ ਆਏ ਨੇ। ਵੀਡੀਓ 'ਚ ਦੇਖਦੇ ਪਏ ਨੇ, 315 ਬੋਰ ਦੀਆਂ ਤੇ 12 ਬੋਰ ਦੀਆਂ ਕੋਲ ਰਫਲਾਂ ਨਹੀਂ ਜਾਇਆ ਜੀ। ਪਿਸਤੌਲ ਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ, ਮਹਿੰਦਰਜੀਤ ਦੇ ਮੁੰਡੇ ਕੋਲੇ, ਠੀਕ ਹੈ। ਆ ਇੱਧਰ ਟਰੈਕਟਰ ਚਲਾਉਂਦੇ ਪਏ, ਸਾਡੀ ਪੈਲੀ ਇੰਨਾ ਚਿਰ ਅਸੀਂ ਬਾਈ ਤੇ ਧੱਕੇ ਨਾਲ ਵਾਹੁਣ ਆ ਗਏ। ਅਸੀਂ ਆ ਝਿੱਜਣ ਬੀਜਿਆ ਸੀਗਾ, ਇਹ ਸਾਡੇ ਝਿੱਜਣ ਵਾਹੁਣ ਆ ਗਏ ਆ। ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਜਿਨ੍ਹਾਂ ਵੱਲੋਂ ਹੁਣ ਖਡੂਰ ਸਾਹਿਬ ਹਲਕਾ ਤੋਂ MP ਦਾ ਇਲੈਕਸ਼ਨ ਵੀ ਲੜਿਆ ਗਿਆ ਅਤੇ ਚਾਚਾ ਮਹਿੰਦਰਜੀਤ ਸਿੰਘ ਪੁੱਤਰ ਮਹਿਕਮਪ੍ਰੀਤ ਸਿੰਘ, ਨਗਰ ਕੌਂਸਲ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਦੇ ਹੋਰ ਸਾਥੀਆਂ ਵੱਲੋਂ ਚੋਣ ਜਾਬਤਾ ਲੱਗੇ ਹੋਣ ਦੇ ਕਾਰਨ ਵੀ ਨਜਾਇਜ਼ ਹਥਿਆਰ ਲੈ ਕੇ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੀ ਵੀਡੀਓ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਨਜਾਇਜ਼ ਅਸਲਾ ਲੈ ਕੇ ਫਿਰਦੇ ਆ ਚੋਣ ਜਾਬਤੇ ਦੇ ਵਿੱਚ, ਅਸਲਾ ਲੈ ਕੇ ਨਜਾਇਜ਼ ਕਬਜ਼ਾ ਕਰਨ ਆਏ ਆ ਬੰਦੇ, ਮਹਿੰਦਰਜੀਤ ਸਿੰਘ ਜੀਰਾ, ਮਹਿਕਦੀਪ ਸਿੰਘ, ਰਸ਼ਪਾਲ, ਡਾਕਟਰ, ਸਾਰੇ ਬੰਦੇ ਅਸਲਾ ਲੈ ਕੇ ਆਏ ਆ ਨਜਾਇਜ਼। ਚੋਣ ਜਾਬਤਾ ਲੱਗਾ ਅੱਜ ਦਾ ਦਿਨ, ਮਹਿੰਦਰਜੀਤ ਕੁਲਬੀਰ ਜੀਰੇ ਦੀ ਸ਼ਹਿ ਦੇਣ ਦਾ ਮੁੰਡਾ ਮਹਿਕਦੀਪ ਹਥਿਆਰ ਲੈ ਕੇ ਆਏ ਨੇ। ਵੀਡੀਓ 'ਚ ਦੇਖਦੇ ਪਏ ਨੇ, 315 ਬੋਰ ਦੀਆਂ ਤੇ 12 ਬੋਰ ਦੀਆਂ ਕੋਲ ਰਫਲਾਂ ਨਹੀਂ ਜਾਇਆ ਜੀ। ਪਿਸਤੌਲ ਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ, ਮਹਿੰਦਰਜੀਤ ਦੇ ਮੁੰਡੇ ਕੋਲੇ, ਠੀਕ ਹੈ। ਆ ਇੱਧਰ ਟਰੈਕਟਰ ਚਲਾਉਂਦੇ ਪਏ, ਸਾਡੀ ਪੈਲੀ ਇੰਨਾ ਚਿਰ ਅਸੀਂ ਬਾਈ ਤੇ ਧੱਕੇ ਨਾਲ ਵਾਹੁਣ ਆ ਗਏ। ਅਸੀਂ ਆ ਝਿੱਜਣ ਬੀਜਿਆ ਸੀਗਾ, ਇਹ ਸਾਡੇ ਝਿੱਜਣ ਵਾਹੁਣ ਆ ਗਏ ਆ। ਇਹ ਵੇਖੋ ਜੀ, ਸਾਡੀ ਤਾਂ ਸੁਣਵਾਈ ਨਹੀਂ ਹੁੰਦੀ, ਸ਼ਰੇਆਮ ਧੱਕਾ ਕਰਦੇ ਆ। ਇਹ ਤਾਂ ਹਾਈ ਕੋਰਟ ਦੇ ਜੱਜ ਸਾਹਿਬ ਦੀ ਉਲੰਘਣਾ ਕਰਦੇ ਪਏ ਨੇ, ਇਹ ਕੋਈ ਗੱਲਾਂ ਨੇ?